ਹਰੀ ਨਾਮ। ਅੱਜ ਜੋ ਵਚਨ, ਸਿਮਰ 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 ਸੁਖ ਪਾਵੋ, ਸਿਮਰ 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 ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ, ਆਪ ਜਪੋ ਅਵਰਹ ਨਾਮ ਜਪਾਵੋ। ਸਿਮਰਨ ਕਯੋ ਸਿਮਰਨ ਕਯੋ ਸਿਮਰਨ ਕਰੇ ਸੁਖ ਪਾਇਓ, ਪਾਣ ਵੀ ਐ ਬਿਨ ਖੋ ਵੀ ਨਾਮ ਜਪਾਇਓ। ਸਰਲ ਅਰਥ ਸਰਲ ਵਚਨ ਹੈ ਸਾਧ ਸੰਗਤ ਜੀ। ਸਤਿਗੁਰੂ ਅਰਜਨ ਦੇਵ ਮਹਾਰਾਜ, ਭਗਵਾਨ ਸ੍ਰੀ ਚੰਦਰ ਮਹਾਰਾਜ ਜੀ, ਸੁਖਮਨੀ ਸਾਹਿਬ ਜੀ, ਇਹ ਬਾਣੀ ਚਵੰਤਾ ਟੇ ਬਾਰ ਕਿ ਸਿਮਰ ਸਿਮਰ ਸਿਮਰ। ਅਸਾਂਖੇ ਸਮਝਾਇਣ ਜੇ ਲਾਇ ਇਨ ਵਿਆਕਰਣ ਜੋ ਇਨ ਭਾਸ਼ਾ ਜੋ ਪ੍ਰਯੋਗ ਕਯੋ ਵੇਂਦੋ ਆ, ਅਤਿ ਆਵਸ਼ਕ ਗਾਲ ਕੀ ਸਮਝਾਏ ਮਾਣੂ, ਇਨ ਕਰੇ ਉਨ ਕੇ ਬਾਰ ਬਾਰ ਚਵਣੋ ਪਵੰਦੋ ਆ। ਟੇ ਬਾਰ ਚਯੋ ਤਾਂ ਸਿਮਰਨ ਕਰ, ਸਿਮਰਨ ਕਯੋ, ਸਿਮਰਨ ਕਰੇ ਸੁਖ ਪਾਯੋ, ਤਾਂ ਅਸਾਂ ਉਨ ਜੋ ਅਰਥ ਸਮਝੂ ਕਿ ਥੋੜੋ ਘਣੋ ਸਿਮਰਨ ਨਾ ਕਰਨੋ ਆ, ਨਿਰੰਤਰ ਸਿਮਰਨ ਹਲੰਦੋ ਰਹੇ, ਸਜੋ ਜੀਵਨ ਸਿਮਰਨ ਹਲੰਦੋ ਰਹੇ। ਐਂ ਸਿਮਰਨ ਮੇ ਸਿੱਕ ਵੀ ਹੁਜੇ, ਸ਼ਰਧਾ ਵੀ ਹੁਜੇ, ਖਾਲੀ ਖਾਲੀ ਕੋਰੋ ਕੋਰੋ ਸਿਮਰਨ ਨਾ ਹੁਜੇ। ਸਿਮਰਨ ਮੇ ਭਾਵ ਹੁਜੇ, ਭਗਵਾਨ ਤੇ ਭਰੋਸੋ ਵੀ ਹੁਜੇ, ਐਂ ਮਾਇਆ ਮੋਹ ਖੋਂ ਬਚੰਦੋ ਵੀ ਅਚੇ। ਅਹਿੜੇ ਭਾਵ ਸਾਂ ਸਿਮਰਨ ਕਰਨ ਸਾਂ ਡਾਢੋ 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 ਜਲਦੀ ਕਲਿਆਣ ਥੀਂਦੋ ਆ। ਇਨ ਕਰੇ ਚਵਨਿ ਤਾ ਤ ਸਿਮਰਨ ਕਯੋ ਐਂ ਸੁਖ ਪਾਇਓ। ਇੱਕ ਵਾਰ ਟੀਵੀਅ ਮੇਂ ਮਾਂ ਹਿਕੜੇ ਜਾਦੂਗਰ ਜੋ ਇੰਟਰਵਿਊ ਪਿਓ ਡਿਸਾਂ। ਅਸਾਂਜੇ ਭਾਰਤ ਦੇਸ਼ ਜੋ ਡਾਢੋ ਵੱਡੋ ਜਾਦੂਗਰ ਹੋ, ਉਨ ਖੋਂ ਪੁੱਛੂ ਤਾਂ ਏਡੀ ਵੱਡੀ ਕਲਾ ਏ ਤਾਂ ਮੇਂ ਕਿਨ ਮੁਲਕ ਕੇ ਮਾਣੂਅ ਕੇ ਗਾਇਬ ਕਰੇ ਛੱਡੀਂਦਾ ਆਯੋ। ਹਜ਼ਾਰੇ ਮਾਣੂ ਅੱਖਿਯੂੰ ਖੋਲੇ ਕਰੇ ਤਾਂਖੇ ਸਾਹਮੂੰ ਵੇਹੀ ਡਿਸਨ ਤਾ, ਪੋ ਵੀ ਤਾਂ ਰੁਮਾਲ ਮੋ ਕਬੂਤਰ ਬਣਾਏ ਛੱਡੀਂਦਾ ਆਯੋ, ਕਾਈ ਸ਼ੈ ਬਦਲੇ ਛੱਡੀਂਦਾ ਆਯੋ। ਇਹੋ ਸਭ ਕਿਵੇਂ ਥੀਂਦੋ ਆ? ਤਾਂ ਉਹਨੇ ਜਾਦੂਗਰ ਡਾਢੋ ਬੜੀਆ ਜਵਾਬ ਡਿਨੋ, ਉਹਨੇ ਚਯੋ ਇਨੇ ਕਲਾ ਜੇ ਪੋਯੋ ਟੇ ਗੁਣ ਚੋ ਹਰੇ ਰਾਮ ਹਰੇ ਰਾਮ। ਇਹ ਟੇ ਗੁਣ ਕੋਈ ਪਾਏ ਵਠੇ ਤਾਂ ਉਹ ਈ ਚਮਤਕਾਰ ਕਰੇ ਤੋ ਸਕੇ, ਅਹਿੜੋ ਜਾਦੂ ਕਰੇ ਤੋ ਸਕੇ। ਅੱਛਾ, ਉਹ ਟੇ ਗੁਣ ਕਿਹੜਾ ਹੈ? ਤਾਂ ਉਹਨੇ ਜਾਦੂਗਰ ਚਯੋ ਟੇ ਮਹਾਨ ਗੁਣ ਆਯਨਿ ਜੇਕੇ ਅਸਾਂਜੇ ਗੁਰੂਨ ਅਸਾਂਖੇ ਸਿਖਾਰਿਆ, ਅਸਾਂ ਤਾਂਖੇ ਬੁਧਾਯੂੰ ਤਾ। ਤਾਂ ਸਭਿਨ ਖੋਂ ਪਹਿਰਿਓਂ ਗੁਣ ਆ ਅਭਿਆਸ, ਡਾਢੀ ਸੁਠੀ ਗੱਲ ਆ। ॿियो कहिड़ो आहे? चई ॿियो गुण आहे ॾाढो ज़रूरी, अभ्यास। ऐं टियों गुण बि आहे अभ्यास। हाणे कमाल जी ॻाल्हि आहे, तव्हां त हिकु ई गुण ॿुधायो, टे बार छो चयो? चई इन करे त थोरो घणो अभ्यास न। टे बार चवण जो अर्थ इहो आहे की ॾाढो गहरो अभ्यास खपे। अक्सर माण्हू थोरो अभ्यास करे छा कंदा आहिनि? तंग थी वेंदा आहिनि, बोर थी वेंदा आहिनि, उकताइजी वेंदा आहिनि, धीरे धीरे छॾिजी वेंदो आहे।
ਚੁੰਮਤਾ ਨਾਨਾ ਬਾਰ 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 ਕੰਧਾ ਅਚੋ ਕੰਧਾ ਅਚੋ। ਹਿਕੜੀ ਨੰਢੀ ਸੀ ਕਿਵਲੀ ਵੀ ਚੜ੍ਹਦੀ ਆ ਤਾਂ ਕਿਰੀ ਪਵੰਦੀ ਆ। ਹਿਕੜੇ ਮਹਾਤਮਾ ਡਿਠੋ ਤ ਇੱਕ ਵਾਰ ਬਿਓ ਵਾਰ 17 ਵਾਰ ਕੋਸ਼ਿਸ਼ ਕਈ ਉਹਨੇ ਕਿਵਲੀ, ਆਉਂ ਆਖਿਰ ਪੰਹਿੰਜੀ ਮੰਜ਼ਿਲ ਤੇ ਪਹੁੰਚੀ, ਚੜ੍ਹੀ ਵਈ ਪੰਹਿੰਜੇ ਜਗ੍ਹਾ ਤੇ 17 ਵਾਰ। ਸੰਤ ਚਯੋ ਮਾਂ ਅੱਖਿਨ ਸਾਂ ਡਿਠੋ, 16 ਵਾਰ ਚੜ੍ਹੀ ਉਹਨੇ ਅਸਫਲਤਾ ਮਿਲੀ, ਔਰ 17 ਵਾਰ ਚੜ੍ਹੀ ਤਾਂ ਇਹ ਚੜ੍ਹੀ ਕਿ ਚੜ੍ਹੀ ਵਈ। ਚਓ ਹਰੇ ਰਾਮ ਹਰੇ ਰਾਮ। ਤਾਂ ਖੂਹ ਖੋਟਿਓ ਤਾਂ ਕੋਈ ਇੱਕ ਕੁਦਾਲ ਹਣੋ ਥੋੜ੍ਹੀ ਨਾ ਪਾਣੀ ਨਿਕਲਦੋ, ਖੋਟੀਂਦਾ ਅਚੋ 10 ਫੁੱਟ 20 ਫੁੱਟ 50 ਫੁੱਟ 100 ਫੁੱਟ 150 200 300 ਤਰੀ ਵਜੀ ਪਾਣੀ ਨਿਕਲਦੋ। ਇਨ ਜੋ ਅਰਥ ਇਹੋ ਵੀ ਨਾ ਹੈ ਕਿ ਪਾਣੀ ਨਾ ਹੈ ਧਰਤੀ ਦੇ ਅੰਦਰ, ਜਲ ਜੇ ਮਥੋਂ ਧਰਤੀ ਬਿਆਰੀ ਆ ਭਗਵਾਨ, ਪਰ ਓਤਰੋ ਅਸਾਂਖੇ ਗਹਿਰੋ ਵਞਣੋ ਪਵੰਦੋ। ਤ ਇਨ ਪੰਕਤੀ ਜੋ ਅਰਥ ਆ ਕਿ ਸਿਮਰਨ ਕਯੋ ਲੇਕਿਨ ਬਾਰ ਬਾਰ ਕਯੋ, ਬਿਨਾਂ ਉਕਤਾਏ ਕਿਉ, ਸ਼ਰਧਾ ਸਾਂ ਕਿਉ, ਭਾਵ ਸਾਂ ਕਿਉ, ਪ੍ਰੇਮ ਸਾਂ ਕਿਉ, ਕੋਰੋ ਕੋਰੋ ਖਾਲੀ ਖਾਲੀ ਨਾਮ ਨਾ ਜਪਿਓ। ਚਓ ਹਰੇ ਰਾਮ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ, ਉਹ ਭਾਵ ਵੀ ਹੋਜਣ ਖਪੇ। ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ ਹੇ ਨਾਥ ਨਾਰਾਇਣ ਵਾਸੁਦੇਵ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ। ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ ਹੇ ਨਾਥ ਨਾਰਾਇਣ ਵਾਸੁਦੇਵ ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ ਹੇ ਨਾਥ ਨਾਰਾਇਣ ਵਾਸੁਦੇਵ। ਵੀ ਪੰਕਤੀ ਮੈਂ ਚਾਹੁੰਦਾ ਆਪ ਜਪੋ ਅਵਰਹ ਨਾਮ ਜਪਾਵੋ, ਪਾਣ ਵੀ ਭਜਨ ਕਿਉਂ ਬਿਨ ਖੋ ਵੀ ਭਜਨ ਕਰਾਇਓ। ਹਿਕੜੀ ਮਾਤਾ ਪਾਣ ਰੋਟੀ ਖਾਈਂਦੀ ਆ ਤਾਂ ਬਾਰਨ ਜੋ ਖਿਆਲ ਈਂਦੋ ਆਦੀ ਕਿ ਨ, ਅਰੇ ਭੋਜਨ ਕਯੋ ਆਸਾਂ ਖਾਈ ਵਰਤੋਸੇ, ਪੋ ਚੈਨ ਸਾਂ ਰੋਟੀ ਖਾਈਂਦੇ। ਚਓ ਹਰੇ ਰਾਮ ਹਰੇ ਰਾਮ। ਪਿਤਾ ਕੇ ਜ਼ਿਆਦਾ ਖਿਆਲ ਨਾ ਹੁੰਦੋ, ਮਾਤਾ ਕੇ ਖਿਆਲ ਹੁੰਦੋ ਆ। ਭਗਵਾਨ ਨਬਜਸ ਸਭਿਨ ਜੀ ਅਲੱਗ ਅਲੱਗ ਠਾਹੀ ਆ, ਸਭਿਨ ਜੀ ਗ੍ਰੰਥੀਆਂ ਅਲੱਗ ਅਲੱਗ ਠਾਹੀਆਂ ਅਤਮ, ਮਾਤਾ ਕੇ ਖਿਆਲ ਹੁੰਦੋ ਆ। ਤਾਂ ਉਹਨੇ ਛਾ ਥੀਂਦੋ ਆ, ਸੰਤੁਸ਼ਟੀ ਈਂਦੀ ਆ, ਹਾ ਮੁੰਹਿੰਜੇ ਬਾਰਨ ਭੋਜਨ ਕਯੋ, ਹਾਣੇ ਮਾਂ ਪ੍ਰੇਮ ਸਾਂ ਭੋਜਨ ਕਯਾਂ। ਤਾਂ ਅਹਿੜੀ ਤਰ੍ਹਾਂ ਸਾਂ ਸੰਤਨਿ ਮਹਾਤਮਾਉਣਿ ਖੇ ਵੀ ਜੇਡੀ ਮੁਲ ਵੇਂਦਾ ਆਇਨ ਕਿ ਅਸਾਂ ਤਾਂ ਮੁਕਤ ਥੀ ਵੇਂਦਾਸੀਂ, ਪਰ ਅਰੇ ਜੇਕੇ ਅਸਾਂ ਸਾਂ ਜੁੜਲ ਹੋਇਆ, ਜੇਕੇ ਅਸਾਂ ਸਾਂ ਪਿਆਰ ਕੰਦਾ ਹਾ, ਸਤਸੰਗ ਕੰਦਾ ਹਾ, ਕੀਰਤਨ ਕੰਦਾ ਹਾ, ਭਗਵਾਨ ਸਾਂ ਜੁੜਲ ਹਾ, ਸ਼ਰਧਾ ਰੱਖਦਾ ਹਾ, ਅਰੇ ਉਹਨਾਂ ਜੋ ਤਾਂ ਇੰਤਜ਼ਾਮ ਕਜੇ, ਉਹਨਾਂ ਖੇ ਤਾਂ ਰਸਤੋ ਖੋਲ੍ਹੇ ਡਿਜੇ। ਅਸਾਂ ਅਗਰ ਤਰੀਆਸੀਂ ਤਾਂ ਛਾਂ ਕਯੋਸੀਂ। ਕਈ ਮਹਾਤਮਾ ਤਾਂ ਕੇਵਲ ਜਨਮ ਹੀ ਨੇ ਕਰੇ ਵਠੰਦਾ ਆਇਨ ਬਿਯਨਿ ਜੇ ਉਧਾਰ ਕਰਨ ਜੇ ਲਾਇ। ਚਓ ਹਰੇ ਰਾਮ ਹਰੇ ਰਾਮ। ਉਹਨਾਂ ਖੇ ਚਿਬਾ ਕਾਰਕ ਪੁਰਸ਼ ਪਾਣ ਮੁਕਤ ਹੁੰਦਾ ਆਇਨ, ਕੇਵਲ ਬਿਯਨਿ ਖੇ ਮੁਕਤੀ ਦੇਣ ਜੇ ਲਾਇ ਈਂਦਾ ਆਇਨ। ਅਗਰ ਪ੍ਰਾਇਮਰੀ ਸਕੂਲ ਮੇਂ ਕੋਈ ਟੀਚਰ ਪੜ੍ਹਾਏ ਤੋ ਤਿੰਨ ਜੋ ਮਤਲਬ ਇਹੋ ਨਾ ਤਾਂ ਉਹਨਾਂ ਖੇ ਪਤੋ ਨਾ ਤਾਂ ਏ ਫਾਰ ਐਪਲ ਥੀਂਦੋ ਆ, ਉਹ ਕਾਲਜ ਪੜ੍ਹੀ ਆਇਆ ਹੋਆ, ਉਹਨਾਂ ਖੇ ਸਭ ਕਿਤਾਬ ਪੜ੍ਹਣ ਈਂਦਾ ਆਇਨ, ਪਰ ਬਾਰਨਿ ਖੇ ਪੜ੍ਹਾਇਣ ਲਾਇ ਉਹਨਾਂ ਖੇ ਸਮਝਾਇਣੋ ਪਵੰਦੋ ਆ। ਤਾਂ ਗਣੇਸ਼ ਕਾ ਸਮਝਾਇਣੋ ਪਵੰਦੋ ਆ। ਤਾਂ ਅਹਿੜੀ ਤਰ੍ਹਾਂ ਸਾਂ ਸੰਤ ਮਹਾਤਮਾ ਵੀ ਲੋਕ ਵਿਵਹਾਰ ਜੇ ਲਾਇ ਈਂ ਕੰਦਾ ਆਇਨ। ਕਈ ਸਿੱਧ ਸੰਤ ਮਹਾਤਮਾ ਤਾਂ ਅਸਾਂ ਉਹਨਾਂ ਖੇ ਸਾਧਾਰਨ ਮਾਣੂ ਸਮਝੀ ਕਰੇ ਉਹਨਾਂ ਖੇ ਹੀ ਪਕੜੇ ਵਠੰਦਾ ਆਇਓ। ਕਾਥੇ ਕਾਥੇ ਤਾਂ ਢੋਂਗੀ ਪਾਖੰਡੀ ਵੀ ਹਲੀ ਵੇਂਦਾ ਹੈ,
ਚਉ ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ। ਪ੍ਰਾਰਥਨਾ ਕਯੋ। 121 ਮਾਣੂ ਭਗਦੜ ਮੇ ਗੁਜ਼ਾਰਿਆ ਹਾਥਰਸ ਮੇ, ਹਾਣੇ ਬੁਧਾਇਓ ਉਹ ਵਿਆ ਛੋ ਹਾ ਸਤਸੰਗ ਬੁਧਣ ਦੇ ਲਾਇ। ਨਾਲੋ ਤਾਂ ਸਤਸੰਗ ਹੋ, ਪਰ ਕਹਿ ਪਾਖੰਡੀ ਉਹਨਾਂ ਕੇ ਪਾਣ ਹੀ ਭਗਵਾਨ ਠਹੀ ਕਰੇ ਡਿਖਾਰਿਓ ਕਿ ਮਾਈ ਭਗਵਾਨ ਆਇਆ। ਹਾਣੇ ਬੁਧਾਇਓ ਹਿਨ ਜ਼ਮਾਨੇ ਮੇ, ਹਿਨ ਆਧੁਨਿਕ ਯੁੱਗ ਮੇ, ਜਾਤੇ ਏਤਰੀ ਮੀਡੀਆ ਅਚੀ ਵਈ ਆ, ਤ ਅਹਿੜਾ ਮਾਣੂ ਵੀ ਆਹਿਨਿ ਜੇਕੇ ਅੱਖਿਓ ਬੰਦ ਕਰੇ ਭਰੋਸੋ ਤਾਂ ਕਨਿ ਹਾੜ ਮਾਸ ਜੇ ਸਰੀਰ ਤੇ ਕਿ ਹਾ ਹੇ ਭਗਵਾਨ ਆ। ਮਰੀ ਤਾਂ ਵਜਨ ਉਹਨੇ ਜੇ ਪੋਇਓ ਉਹਨੇ ਧੂਲ ਖਣ ਜੇ ਲੈ। ਸੰਤ ਮਹਾਤਮਾ ਈਂ ਚਵੰਦਾ ਆਹਿਨਿ, ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਚਵਨਿ ਤਾਂ ਜੋ ਜਨ ਮੋਹਿ ਪਰਮੇਸ਼ਰ ਕਹੀ ਸੋ ਜਨ ਨਰਕ ਕੁੰਡ ਮੇ ਪਰਹੀ। ਗੁਰੂ ਗੋਬਿੰਦ ਸਿੰਘ ਮਹਾਰਾਜਨਿ ਸਾਂ ਵੀ ਈਂ ਥਿਓ, ਮਾਣੂ ਉਹਨਾਂ ਖੇ ਭਗਵਾਨ ਚਵਣ ਲਗਾ, ਤਰੀ ਉਹਨਾਂ ਨੇ ਇਹ ਵਚਨ ਚਉ ਮੂਂਖੇ ਭਗਵਾਨ ਨਰਕ ਵੇਂਦੋ, ਸਭ ਚੁੱਪ ਥਿਆ। ਜੈ ਜੀਵਨ ਮੇਂ ਕਦੀ ਭਗਵਤ ਗੀਤਾ ਨ ਪੜ੍ਹੀ, ਜੈ ਜੀਵਨ ਮੇਂ ਕਦੀ ਭਾਗਵਤ ਨ ਪੜ੍ਹੀ, ਜੈ ਕਦੀ ਰਾਮਾਇਣ ਨ ਪੜ੍ਹੀ, ਉਹਨੇ ਤਾਂ ਕੋਈ ਵੀ ਪਾਖੰਡੀ ਮਾਣੂ ਪਟਕੇ ਵਠੰਦੋ, ਕੋਈ ਵੀ ਪਕੜੇ ਵਠੰਦੋ। ਇਨ ਕਰੇ ਜ਼ਰੂਰੀ ਆ ਤ ਮਾਣੂ ਪਹਿਰਿਓ ਪੈਂਜੋ ਉਦਮ ਤ ਕਰੇ ਭਾਈ, ਪੈਂਜੀ ਕੋਸ਼ਿਸ਼ ਤ ਕਰੇ। ਜੇਕੋ ਭਗਵਾਨ ਰੱਖਿਓ ਆ, ਭਗਤੀ ਰੱਖੀ ਆ, ਉਹ ਪਾਣ ਪੈਂਜੋ ਸਾਧਨ ਤ ਕਰੇ। ਸਤਿਗੁਰੂ ਜੋ ਕੰਮ ਤ ਰਾਹ ਡਿਖਾਰਣਾ। ਬਾਹਰ ਕਿਤਾਬ ਹੀ ਨ ਵਠਨ, ਘਰ ਮੇ ਪੜ੍ਹਨ ਹੀ ਕੋਨ, ਨਾਲੋ ਹੀ ਨ ਲਿਖਾਇਨ, ਤਾਂ ਪੋਇ ਟੀਚਰ ਛਾ ਕੰਦਾ ਵਿਚਾਰਾ। ਤੈਂਜੇ ਕਰੇ ਬਾਰ ਬਾਰ ਸਿਮਰਨ ਕਰੇ, ਬਾਰ ਬਾਰ ਸਿਮਰਨ ਕਰੇ, ਕੰਧੋ ਅਚੇ ਕੰਧੋ ਅਚੇ। ਜਿਹੜੀ ਤਰ੍ਹਾਂ ਸਾਂ ਪੈਸਾ ਕਮਾਉਣ ਮੇਂ ਉਦਮ ਕਬੋ ਆ, ਡਾਕਟਰ ਠਹਿਣ ਜੇ ਲੈ ਕਿਹੜੀ ਮਿਹਨਤ ਕਈ ਵੇਂਦੀ ਆ, ਇੰਜੀਨੀਅਰ ਠਹਿਣ ਜੇ ਲੈ, ਸਫਲ ਬਿਜਨਸ ਕਰਨ ਜੇ ਲੈ, ਡਿਸੋ ਕੀ ਉਹਨਾਂ ਵੱਡਨ ਅਸਾਂਜੇ ਬੈਗ ਖਣੀ ਕਰੇ ਸੁਬੂ ਸੁਬੂ ਜੋ ਨਿਕਤਾ ਆਹਿਨਿ, ਡਹ ਡਹ ਕਲਾਕ ਵਨੀ ਨਿਕਤਾ ਆਹਿਨਿ, ਸ਼ਹਿਰ ਸ਼ਹਿਰ ਘੁੰਮੀ ਆਇਆ ਆਹਿਨਿ, ਲਾਈਨੂੰ ਕਈ ਤੋਂ ਹਿਕ ਹਿਕ ਖੇ ਪ੍ਰੇਮ ਸਾਂ ਮਨਾਏ ਕਰੇ, ਮਨੁਹਾਰ ਕਰੇ, ਉਹਨਾਂ ਖੇ ਮਾਲ ਵਿਕਣਿਆ ਤੋਂ, ਤਡੀ ਵਨੀ ਕਰੇ ਬੀ ਪੀੜੀ ਸੁਖੀ ਥੀ ਆ। ਅਸਾਂਖੇ ਵੇਠੇ ਵੇਠੇ ਸਭ ਮਿਲੀ ਉਹ ਖਾਇਣ ਜੇ ਲਾਇ, ਕੁਛ ਨ ਕਰਨੋ ਪਿਓ, ਛੋਜੋ ਵੱਡਨਿ ਤਪੱਸਿਆ ਕਈ ਆ। ਹਿਨ ਜਗ੍ਹਾ ਤੇ ਅਸਾਂ ਤਾਂ ਵੇਹੀ ਕਰੇ ਬਸ ਤਾਂ ਕੇ ਸਤਸੰਗ ਤਾਂ ਵਧਾਇਓ, ਪਰ ਤਪੱਸਿਆ ਤਾਂ ਬਾਬਾ ਨਾਰਾਇਣ ਦਾਸ ਸਾਹਿਬ ਜਨ ਕਈ, ਬਾਬਾ ਆਨੰਦ ਰਾਮ ਸਾਹਿਬ ਜਨ ਕਈ, ਬਾਬਾ ਭਗਤ ਰਾਮ ਸਾਹਿਬ ਜਨ ਕਈ। ਤਾਂ ਇੱਕ ਤਰਫ਼ ਰੋਟੀਏ ਜੋ ਸੰਘਰਸ਼ ਆਉਂ, ਬੇ ਤਰਫ਼ ਨਾਮ ਭਗਤੀ ਹਲੰਦੀ ਰਹੇ। ਅਸਾਂਖੇ ਤਾਂ ਛਾਂਵ ਮਿਲੀ ਵਈ, ਵਣ ਜੇ ਹੇਠੋਂ ਵੇਹੀ ਕਰੇ ਬੜੀਆ ਭੋਜਨ ਕਰੋ। ਤਾਂ ਅਹਿੜੀ ਤਰ੍ਹਾਂ ਸਾਂ ਅਸਾਂ ਜਿਹੜੀ ਤਰ੍ਹਾਂ ਸਾਂ ਕੂੜੇ ਸੰਸਾਰ ਜੇ ਲਾਇ ਸੱਚੋ ਸੰਘਰਸ਼ ਕੰਦਾ ਆਹਿਯੂੰ, ਤਾਂ ਅਹਿੜੀ ਤਰ੍ਹਾਂ ਸਾਂ ਸੱਚੇ ਭਗਵਾਨ ਜੇ ਲਾਇ ਅਸਾਂਖੇ ਪੱਕੋ ਸੰਘਰਸ਼ ਕਰਨ ਖਪੇ। ਬਿਨਾਂ ਸੰਘਰਸ਼ ਜੇ ਕੁਛ ਨ ਮਿਲੰਦੋ ਆ। ਸੰਘਰਸ਼ ਇਨ ਜੋ ਸੰਧੀ ਵਿਛੇਦ ਕਹਿ ਤਾਂ ਥੀਂਦੋ ਆ ਸੰਘਰਸ਼। ਸਤਸੰਗ ਜੋ ਕਰਨ ਸਾਂ ਹੀ ਸੁਖ ਮਿਲੰਦੋ ਆ, ਉਨੇ ਸਾਂ ਹੀ ਪ੍ਰਸੰਨਤਾ ਮਿਲੰਦੀ ਆ, ਆਨੰਦ ਮਿਲੰਦੋ ਆ। ਤਾਂ ਸੰਤ ਮਹਾਤਮਾ ਅਕੇਲਾ ਨ ਤਰੰਦਾ, ਆਪ ਜਪੇ ਅਵਰਹ ਨਾਮ ਜਪਾਵੇ, ਪਾਣ ਵੀ ਤਰੰਦਾ ਐਂ ਬਿਨ ਖੇ ਵੀ ਤਾਰੀਂਦਾ। ਸੰਸਾਰ ਮੇਂ ਕੋਈ ਵਿਦਿਆ ਸਿੱਖੀ ਵਠੇ ਆਉਂ ਬਿਨ ਖੇ ਨਾ ਸਿਖਾਰੇ, ਤਾਂ ਉਹਨੇ ਤੇ ਪਾਪ ਲੱਗੰਦੋ ਆ, ਉਹਨੇ ਜੋ ਦੋਸ਼ ਆ ਅਪਰਾਧ ਆ। ਤਾਂ ਕਿ ਸੁਖਮਨੀ ਸਾਹਿਬ ਮੇਂ ਬੁਧਾਇਓ ਸੀ
त हिकु माण्हू शिक्षा वठण जे लाइ वियो काॾे कंहिं सुठे शहर में वॾे नगर में, त कंहिं मज़ाक में चई छॾियो त जेको खंडहर आहे न उते गुरु जी रहंदा अथई, ॾाढो बढ़िया ज्ञान ॾींदा अथई, उते भूत जो कंहिंजो वास हो, प्रेत रहंदो हो। पर हो भोलो भालो ॿिए शहर मां आयो, ॿिए नगर मां वीचारो वेठो वञी, चए घबराइजा न, हो गुरु जी राति जो ईंदा अथई, ॾींहं जो पंहिंजे ड्यूटीअ में हूंदा आहिनि कम में, राति जो मिलंदे तोखे देर राति सां, त वीचारे सम्झी कोई गुरु जी हूंदा, वेही रहियो। ऐं वाकई राति जा 10-11 थिया त गुरु जी आया हिकिड़ा, पुछण लॻा, पुट तूं हिते केरु आहे, कीअं आयो आहे, छो आयो आहे? पेरनि ते मथो टेकी श्रद्धा सां, गुरु जी मूंखे कंहिं तव्हांजी ॾाढी महिमा ॿुधाई कि मां विद्या सिखणु आयो आहियां, मूंखे विद्या खपे। ठीकु आहे ठीकु आहे, त अॼु खां मां तोखे विद्या सेखारणु शुरू थो कयां। विद्या ख़ूब विद्या सिखंदो रहियो, ऐं गुरु जी भोजन जो बि बंदोबस्तु कयो। महीनो, ॿ महीना, 6 महीना, साल, 2 साल गुज़रिया, ऐं पारंगत थी वियो विद्यार्थी, एॾी बढ़िया विद्या सिखी वियो कि उन पूरे नगर में उनजे टकर जो कोई इंसान न हुयो जेको उन विद्या में अॻिते थिए। अॼु उन जो आख़िरी ॾींहुं हो, गुरु ऐं शिष्य ॿई भोजन पिया कनि, त पुराणे ज़माने में तेल वेल में रोटियूं न ठहंदियूं, भले थोरो विझनि लेकिन शुद्ध गिह में भोजन ठहंदो, तेल त कंहिंखे पतो ई न हूंदो, भोजन यानी गिह, ऐं गिह यानी सचो गिह। हे त असां पोइ शुरू कईसीं मिलावट, रिफाइंड शुरू कयोसीं त असली शइ हली वई। हाणे ॿई भोजन करणु वेठा, गिह जो जेको डबो हो उहो पियो परते रसोई घर में। हाणे भोजन शुरू थी वञे त नियम आहे अधु रोटीअ में न उथणु खपे, ॾाढी वॾी कोई अती ॻाल्हि आहे, गहरी ॻाल्हि आहे, ॿी ॻाल्हि आहे कोई संकट अची वियो आहे, माण्हू थोरी थोरी ॻाल्हि ते रोटीअ जे विच में उथी वेंदा आहिनि, चओ हरे राम, हरे कृष्ण, हरि बोल, हरि बोल। मां वरी थो चवां, तव्हांखे ध्यानु ॾिजो, कॾहिं बि भोजन जे विच में उथणु न खपे, शास्त्रीय अपराध आहे, ॾाढो वॾो अपराध चयो वियो आहे। हा, अति आवश्यक आहे, कंहिंजा प्राण संकट में आहिनि, कोई फासी पियो आहे, कोई मुसीबत आहे, ॿी ॻाल्हि आहे, बाक़ी थोरी थोरी ॻाल्हि में खटाइण भुलिजियासीं त अधु रोटीअ में उथी वियासीं, घंटी थी वजे त अधु रोटीअ में उथी वियासीं, मोबाइल थी वजे त अधु रोटी छॾे करे मोबाइल खणणु हली वियासीं। इहो ॾाढो वॾो भोजन जो बि, अन जो ऐं परमात्मा जो अपमान आहे, यादि रखिजो। या त सभु सामग्री पहिरियों खणी करे वेही रहो, या त हिकु माण्हू वेह, हिकिड़ो सेवा में वेह, बाक़ी अधु भोजन में बिल्कुलु बिल्कुलु न उथणु खपे। युगनि युगनि जी ॻाल्हि आहे, कलयुग आहे, एतिरा नियम पालन न आहिनि। हिकिड़ी कथा ईंदी आहे, सतयुग जे समय अधु रोटीअ में माण्हू उथी करे ॿाहिरि वियो, ऐं जबकि पुकार कंहिंजी ॿुधी हुओ कि कोई रोअण जी आवाज़ थी अचे, वापसि आयो प्राण निकिरी विया, ओॾी महिल तुरंत फ़ैसिलो थींदो, देरि न लॻंदी। चओ हरे राम, यादि रखिजो, सरल सरल नियम जेके आहिनि उन्हनि जो पालन कयो, तयारी करे वियो, अॼु अधु रोटीअ मां बिल्कुलु न उथो, पाप आहे, अपराध आहे। अन्नम ब्रह्मम, वॾा चवंदा आहिनि कि अन्न आहे त ईमान आहे, उन अन्न सां बि ईमान रखो, भॻवान जो स्वरूप आहे, प्राणनि खे पोषण थो मिले, जीवन थो मिले, भॻवान जो रूप आहे। कई माण्हू तरसंदा आहिनि, ठीक सां भोजन न मिलंदो आहे, चओ जय श्री कृष्ण, गुरु चेलो वेठा भोजन करण त गिह भुलिजी विया, चेलो चवणु लॻो गुरु जी मां गिह खणी थो वठां,
ਗੁਰੂ ਜੀ ਮਨਾ ਕਰੋ ਨਾ, ਇਹੋ ਵੀ ਹਿਕੜੋ ਗੁਣ ਆ ਕਿ ਵਿੱਚ ਭੋਜਨ ਵੀ ਨਾ ਥਿਅਣ ਖਪੇ ਪਿਆਰਾ। ਤਾਂ ਹਾਣੇ ਗੁਰੂ ਜੀ ਬਿਨਾਂ ਗੀਹ ਜੇ ਭੋਜਨ ਵੀ ਤਾਂ ਨਾ ਕਰਨ ਖਪੇ, ਤੀ ਕਾਈ ਗੱਲ ਨਾ ਏ, ਮਾਂ ਖਣੀ ਤੋਂ ਉੱਠਾਂ ਮਾਂ ਉੱਥਾਂ ਵੀ ਨਾ ਥੋ, ਈਂ ਕੀ ਖਣਦਾ। ਗੁਰੂ ਜੀ ਹੱਥ ਲੰਬੋ ਕਹੋ ਉੱਤੋਂ, ਉਹ ਪਰਤੇ ਪਿਓ 40 ਫੁੱਟ ਪਰਤੇ, ਉੱਤੋਂ ਗੁਰੂ ਜੀ ਉਹ ਡੱਬੋ ਖਣੀ ਵਰਤੋ, ਆਪ ਸਾਹਮੂ ਅਚੀ ਕਰੇ ਰੱਖਿਓ। ਹਾਣੇ ਕਲਪਨਾ ਕਹੋ ਤ ਸ਼ਿਸ਼ਯ ਜੀ ਕਿਹੜੀ ਹਾਲਤ ਥੀ ਹੁੰਦੀ ਹੈ, ਘਬਰਾਏ ਜੀ ਉਹ ਚਿੰਛਾਏ, ਗੁਰੂ ਜੀ ਹੀ ਚਮਤਕਾਰ ਤਾਂ ਕੋਈ ਯੋਗੀ ਆਇਓ ਜਾਂ ਕਿਹੜੀ ਗੱਲ ਆ, ਚੀ ਪੁੱਟ ਭੋਜਨ ਕਰ, ਘਬਰਾ ਜਾ ਨਾ, ਭੋਜਨ ਕਰੇ ਬੈਠੋ, ਚੀ ਨਿਡਰ ਰਹਿ ਜਾ, ਮੁੰਹੀ ਆਸ਼ੀਰਵਾਦ ਤੇ ਅਸਲ ਮੈਂ ਮਾਂ ਪ੍ਰੇਤ ਆਇਆ, ਮਾਂ ਪ੍ਰੇਤ ਆਇਆ ਭਾਈ, ਆਉਂ ਇਨੇ ਕਰੀ ਪ੍ਰੇਤ ਬਣਿਮ ਕਿ ਮੂੰਖੇ ਜੇ ਕੀ ਵਿਦਿਆ ਹੋਈ, ਮਾਂ ਇਨੇ ਲੋਭ ਲਾਲਚ ਮੇ ਅਹੰਕਾਰ ਮੇ ਕੈਖੇ ਨਾ ਸਿਖਾਰੀ, ਤਾਂ ਮੂੰ ਜਿਹੜੋ ਬਿਓ ਕੋਈ ਨਾ ਹੋਜੇ। ਲੇਕਿਨ ਜਦੀ ਮਾਂ ਮਰੀ ਕਰੇ ਵਹਿਮ ਤਾਂ ਧਰਮ ਰਾਜ ਚਯੋ ਤੂੰ ਅਕੇਲੇ ਵਿਦਿਆ ਪਚਾਇਆ ਵਾਂ, ਕੈਖੇ ਵਿਦਿਆ ਜੋ ਦਾਨ ਨਾ ਕਰੇ ਤੇਸ ਤਾਈਂ ਉਹ ਗੁਰੂ ਵੀ ਸਫਲ ਨਾ ਆਏ, ਉਹ ਅਪਰਾਧੀ ਥੀਂਦੋ ਆ। ਤੈਨੂੰ ਕਰੇ ਵੰਝ ਤੂੰ ਪ੍ਰੇਤ ਬਣ, ਜੇਸ ਤਾਈਂ ਤੋਖੋਂ ਕੋਈ ਸ਼ਿਕਸ਼ਾ ਨਾ ਵਠੰਦੋ, ਜੇਸ ਤਾਈਂ ਤੂੰ ਕਹੇ ਵਿਦਿਆ ਜੋ ਦਾਨ ਨਾ ਕੰਦੇ, ਤੇਸ ਤਾਈਂ ਤੋਖੇ ਵੀ ਮੋਕਸ਼ ਨਾ ਮਿਲੰਦੋ। ਪੁੱਟ ਅੱਜ ਮਾਂ ਤੋਖੇ ਬਿਲਕੁਲ ਧਿਆਨ ਸਾਂ, ਪ੍ਰੇਮ ਸਾਂ, ਭਾਵ ਸਾਂ, ਸੱਚਾਈਅ ਸਾਂ ਤੋਖੇ ਵਿਦਿਆ ਜੋ ਦਾਨ ਦੇਣੋ ਆ। ਆ ਮੁੰਹੀ ਆਸ਼ੀਰਵਾਦ ਤਈ ਤੋਖੇ ਹਰ ਖੇਤਰ ਮੇਂ ਸਫਲਤਾ ਮਿਲੰਦੀ, ਤੋਖੇ ਯਸ਼ ਮਿਲੰਦੋ, ਕੀਰਤੀ ਮਿਲੰਦੀ। ਇਨ ਤਰ੍ਹਾਂ ਸਾਂ ਤੂੰ ਖੂਬ ਵਿਦਿਆ ਜੋ ਸਦਉਪਯੋਗ ਕਜਾਂ। ਆਉਂ ਅੱਜ ਆਖਰੀ ਸ਼ਿਕਸ਼ਾ ਵੀ ਬੁੱਧ, ਇਹ ਵਿਦਿਆ ਕੇਵਲ ਪਾਣ ਵਟ ਬਚਾਏ ਨਾ ਰੱਖਜਾਂ, ਨਾ ਤਾਂ ਤੋਖੇ ਵੀ ਪ੍ਰੇਤ ਬਣੋ ਪਾਉਂਦੇ। ਤੂੰ ਵੀ ਕਹਿਕੇ ਨਾ ਕਹਿਕੇ ਵਿਦਿਆ ਜੋ ਦਾਨ ਕਜਾਂ। ਹਰੇ ਰਾਮ ਹਰੇ ਰਾਮ। ਤੇ ਇਹ ਸਾਧਕ ਸੰਜੀਵਨੀ ਮੇਂ ਲਿਖਿਆ ਤੋ ਕਥਾ, ਇਹ ਸੱਚੀ ਘਟਨਾਉਂ ਤੋ। ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ ਹੇ ਨਾਥ ਨਾਰਾਇਣ ਵਾਸੁਦੇਵ। ਤਾਂ ਸੰਤ ਮਹਾਤਮਾ ਵੀ ਚਾਹੁੰਦੇ ਹਨ ਸਾ ਵਿਦਿਆ ਯਾ ਵਿਮੁਕਤ ਏ, ਵਿਦਿਆ ਉਹ ਜੇ ਕੀ ਮੁਕਤੀ ਦੇ, ਮੋਕਸ਼ ਦੇ। ਅਰੇ ਅਸਾਂ ਗੁਫਾ ਮੇਂ ਵਨੀ ਵੇਠਾਸੀਂ, ਅਸਾਂ ਦਰਵਾਜ਼ਾ ਬੰਦ ਕਰੇ ਵੇਠਾਸੀਂ, ਅਸਾਂ ਭਗਵਾਨ ਜੀ ਸਿਫਤੀ ਭਗਤੀ ਕਹੀ ਸੀ, ਅਸਾਂਖੇ ਭਗਵਾਨ ਮਿਲਿਆ ਤਾਂ ਛਾ, ਜਿਹੜਾ ਆਇਆ ਸੀ ਤੇੜਾ ਵਿਆ ਸੀ, ਅਸਾਂ ਸਾਂ ਗੱਡ ਅਸਾਂ ਵੀ ਤਾਂ ਲਪੇਟੇ ਵਜੋਂ ਕੁਛ ਮਾਣੂ, ਜੇ ਕਿ ਅੰਗ ਸੰਗ ਅਚਨ ਤਾਂ ਮਿਲਣ ਤਾਂ, ਜੇ ਸਾਂ ਸਾਂਜੋ ਵਿਵਹਾਰ ਆ, ਉਥਣ ਵਿਹਣ ਆ, ਕਮਿਊਨੀਕੇਸ਼ਨ ਆ, ਜੇਸ ਤਾਈਂ ਅਸਾਂ ਜੇਤਰਨ ਸਾਂ ਜੁੜਲ ਆਇਓ, ਉਹ ਤਰਨ ਤਦੀਂ ਤਾਂ ਪੋਇ ਅਸਾਂਖੇ ਲੱਗੰਦੋ ਵੀ ਅਸਾਂ ਵੀ ਖੱਟੇ ਹਲਿਆਸੀਂ। ਇਹੀ ਸੰਤਨ ਜਾਂ ਉੱਚ ਵਿਚਾਰ ਥੀਂਦਾ ਆਹਿਨਿ ਕਿ ਗੁਫਾਉਣ ਮੋਂ ਨਿਕਰੀ ਬਾਹਿਰ ਅਚੀ ਵੇਂਦਾ ਆਹਿਨਿ। ਕਿਹੜੀ ਜ਼ਰੂਰਤ ਹੋਈ ਸੁਖਦੇਵ ਭਗਵਾਨ ਖੇ ਰਾਜਾ ਪਰੀਕਸ਼ਿਤ ਮਹਾਰਾਜ ਕੇ ਕਥਾ ਬੁਧਾਇਣ ਜੀ। ਹਾਂ ਮ੍ਰਿਤਯੂ ਪਰੀਕਸ਼ਿਤ ਮਹਾਰਾਜ ਜੇ ਮੱਥੋਂ ਆਈ, ਸੁਖਦੇਵ ਭਗਵਾਨ ਤਾਂ ਤਰਿਅਲ ਤਾਰਿਅਲ ਬੈਠੇ ਹਨ, ਗੋਲੋਕ ਮੋਂ ਆਇਆ ਹਨ, ਗੋਲੋਕ ਵੰਝਣ ਵਾਲਾ ਹਨ। ਲੇਕਿਨ ਡਿਠੋਂ ਤਾਂ ਅਹਿੜੋ ਗ੍ਰਾਹਕ ਮਿਲਿਓ ਆ, ਅਹਿੜੋ ਸ਼ਰੋਤਾ ਮਿਲਿਓ ਆ, ਜੇ ਕੋ ਪ੍ਰਾਣ ਲਗਾਏ ਕਰੇ ਕਥਾ ਬੁਧਣ ਲੈ ਤਿਆਰ ਆ। ਜਲ ਤੱਕ ਛੱਡੇ ਚੁੱਕਵਾ, ਅੰਨ ਛੱਡੇ ਚੁੱਕਵਾ, ਅਹਿੜੇ ਮਾਣੂਆ ਕੀ ਕਥਾ ਜੋ ਅੰਮ੍ਰਿਤ ਪਿਆਰਜੇ। ਤਾਂ ਉਹਨੇ ਰਾਜ ਰਿਸ਼ੀ ਰਾਜਾ ਪਰੀਕਸ਼ਿਤ ਮਹਾਰਾਜ ਜੇ ਸਦਕੇ ਯੋਗੀ ਸਿੱਧ ਸੰਤ ਮਹਾਤਮਾ ਬ੍ਰਹਮ ਗਿਆਨੀ ਜਿਹੜੇ ਸੰਤਨ ਵੇਈ ਕਰੇ, ਉਹ ਭਾਗਵਤ ਕਥਾ ਸ਼ਰਵਣ ਕਿਆ, ਕਿਹੜੀ ਵੱਡੀ ਗੱਲ ਆ। ਸਾਧਨ ਤਾਂ ਪਰੀਕਸ਼ਿਤ ਮਹਾਰਾਜ ਠਹਿਆ, ਔਰ ਕਥਾ ਤਾਂ ਸੁਖਦੇਵ ਮਹਾਰਾਜ ਬੁਧਾਈ। ਕਲਿਆਣ ਤਾਂ ਹਜ਼ਾਰਨ ਲੱਖਨ ਕਰੋੜਨ ਜੋ ਅਰਬਨ ਜੋ ਥੀ ਵਿਓ, ਛੋ ਜੋ ਅਜ ਤੱਕ ਉਹ ਕਥਾ ਹਲੀ ਰਹੀ ਆ।
चओ हरे राम हरे राम। तहां ध्यान जो भाई तहां जो भी फर्ज आ कि माता पिता पेंजे बारन के सड़ कंदा है आज ऐसा पेट भरे वह विद्या सिखारींदा है रामायण थी चे। लेकिन माता पिता उनन के सच्ची विद्या जन भगवान से जोड़न ताकि वे नरक न वञन। असांजा बार असांजा मिट माइट असांजा भावर असांजा दोस्त चाहे असांजा माता पिता काई संतान अड़ी होंगी भक्ति करण वारी यो भी दिठो माता पिता एकदम संसारी होंगे उन्होंने के पतो ही ना है सीता जी केर आ राम जी केर तो संतान जो फर्ज आ माता पिता के जोड़न चो हरे राम हरे राम। यो कम न कयो तो पो तां पेंजे परिवार जी केड़ी भलाई कई ये तो उई थियो कें बार के फांसी लगन वारी आ उन्हें के माँ बढ़िया वही करे खाराए पराठा खाराए बढ़िया कपड़ा पाराए कार ते विहारी घुमाए उन्हें के सब वठी दे पर उन्हें जो उदम न करे तो इनके गले में फांसी जो फंदो निकरे। यही तो हाल है ये तो असंख्य जी सत्संग से जुड़ल आयूँ तो पतो आ शहर में जी माओन उन्होंने पतो ही ना अध्यात्म आयशा भक्ति आयशा कथा आयशा कीर्तन आयशा वे तो मजाक उड़ाईंदा कथा ये कथा जी पंडाल में वही बुधंदा मंदिर गुरुद्वार में खिलंदा चौ हरे राम हरे राम। असि भेण अरबपति अरबपति करोड़पति ना उनके चयमास अच भागवत कथा हले थी तो खिले पई चे भी माँ ही कथाओं वथाओं थोड़ी ना वेंदी मां कार मोकलियां थी तू मूसा मिलन अच ड्राइवर मोकलियां थी तू अच भाई असा न वेंदा सत्तर ढीह असो नियम आ अरे छाजा नियम तू चैन पैं भेण दे तू अना पो तू हली अच अस वट मिलन चो हरे राम हरे राम। असा उन्हें ना समझा सकूं छो जो ढो गहरो हली आया वे संसार में ढो कठिन आ थोड़े समय में समझा चौ हरे राम हरे कृष्ण कृष्ण हे हरे हरि बोल हरि बोल। ढी गहराई से ध्यान नहीं बुधजो भाई ये गाल कि घर में न्याणी वड़ी थींदी आ न तो माता पिता चिंता कंदा उनके लिए सेविंग कंदा पैसा इकट्ठा कंदा बार वो माता पिता चिंता कंदा कड़े स्कूल में विचे कॉन्वेंट स्कूल में विचे पब्लिक स्कूल में इन शहर में पढ़ाए थोड़ो सो बार वो काथे उनकी मिट्टी माइटी कजे घर काथे ठाजे मकान काथे ठाजे ढी बढ़िया जगह हो वस्तु शास्त्र जो दोष न हो केडो नंढी नंढी कूड़ी ॻाल्हियुनि में सचो ध्यानु ॾींदा आहियूं असां ध्यानु ॾिजो भाई ॾाढी ज़रूरी ॻाल्हि अथव जंहिंजी उमिरि 40 साल थी वई आहे 40 ईयर्स पार थी आहे 40 साल थी वई उहे कन खोले करे ॿुधो उहे बिल्कुलु लापरवाही न कनि उहे भॻवान में लॻी वञनि। मां ईअं नथो चवां त दुकानदारी छॾे छॾियो भॻवान जो भॼन छॾे छॾियो या तव्हां केवल केवल तव्हां हली वञो मंदिर गुरुद्वारे में वेठा हुजो केवल हिमालय में हली वञो न न न भॻवान जी भक्ति छॾियो ऐं उन संसार जो तव्हां पंहिंजो पुरुषार्थ छॾियो बढ़िया कयो दुकान बि कयो ईमानदारीअ सां पंहिंजो व्यवहार कयो महिनत कयो लेकिन यादि रखो 24 कलाकनि में कम से कम 6 कलाक भॻवान जे लाइ कढो
छह कलाक नथा कढ़ी सको तो टे कलाक कढ़ो सुबुह जो शाम जेडी मल टाइम मिले ईमानदारी असांजे धंधे जे लाइ कढंदा आहियो सत्संग ते वञो जाते तव्हांजी श्रद्धा हुजे जाते सिक हुजे जाते सची भक्ति हलंदी हुजे नकली न पाखंडी न हुजनि जाते असली जाते श्री कृष्ण जी गीता हले गीता प्रेस वारी रामायण हले भागवत हले भगवान जा वचन सत्संग हले उते ॿ टे कलाक वञो छो जो पहिरों 100 साल उमिरि हूंदी त पंजाह में वानप्रस्थ वठंदा हुआ जंगल हली वेंदा हुआ घर छॾे करे ओतिरो न कयो तव्हां घर में रहो धंधो कयो पर ॿ टे कलाक त कढो एतिरो बि टाइम कोन्हे त मुक्तिअ जी इच्छा छॾे छॾियो सोचे वठो कि बार बार असांखे गर्भ में अचणो आहे जनम वठणो आहे परेशान थियणो आहे चओ हरे राम असां त 80 साल चऊं था 80 जो बि भरोसो कोन्हे हिते नई पीढ़ीअ जो 50 साल में 60 साल में माण्हू हलंदा था वञनि जेसि ताईं गंभीर न थींदो भजन न थींदो 40 साले खां पोइ महिरबानी करे 2-3 कलाक रोज़ सत्संग जे लाइ कढो ऐं बाक़ी कमु कंदे कंदे बि भजन करणो आहे विसरी न वञणो आहे भॻवान खे यादि रखणो आहे हरे राम हरे कृष्ण थोरो सची शइ जे लाइ सत्य तत्व परमात्मा जे लाइ बि भॻवान जे पाइण जे लाइ बि थोरो गंभीर थियो भाई चओ हरे कृष्ण हे हरे हरे संसार में भॻवान खे जोड़े रखो पर भॻवान में संसार खे असां न जोड़ियूं भॻवान जो भॼन सत्संग कीर्तन हले शुद्ध हले ओॾी महिल कोई संसार जी ॻाल्हि न हुजे ऐं संसार जो हर कमु कंदे कंदे भॻवान खे पूरो पूरो जोड़े रखो भजन हले भक्ति हले सिमरन हले अंदर ही अंदर याद हलंदी रहे भगवान जी इन तरह से तां अकेला न तरंदो पेंजे परिवार जो भी तां उद्धार कंदो जिम्मेदारी तहां जी आ छो जो तां सत्संग ते अचो ता जेको ईंदो ही न त उन खे कहिड़ी जिम्मेदारी आ मान उन खे ही चवंदा आहिनि तूं छा सिखियो आ दरबार वेंदो आ तूं गुरु कयो आ नाम वरितो आ सेवा कंदो आ हा बाबा आनंदराव दरबार वेंदो आ न सेवादारी आहे न छा सिखियो आहे तूं अरे जेको सत्संग ते आयो ई न जेको सेवा करे ई नथो उन मां कहिड़ी उमेद रखंदा माण्हू त उन खे उलाहना थी मिले शिकायत थी मिले तॾहिं त उन खे चवनि था तूं सत्संग ई ठहियो आ तूं सत्संग ॿुधंदो आ ग्यारस ते वेंदो आ गुरुवार वेंदो आ तुंहिंजा लक्षण छो न सुधरिया आहिनि तूं कूड़ कीअं थो ॻाल्हाए उन खे शर्म ईंदी वाकई हे त मुंहिंजे गुरुनि जो नालो थो ख़राब थिए ॿियो बार उहो ग़लति कमु न कंदो चओ हरे कृष्ण भाई इहो ई समय आहे असांखे पंहिंजे सुधार जो ॿियो कोई समय कोन्हे वरी बि यादि रखो वचन सिमर 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 सुख पावो सिमर 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 सुख पावो आप जपो अवरह नाम जपावो आप जपो अवरह नाम जपावो बोल गुरु नानक देव की जय।